ਜਦੋਂ ਤੁਸੀਂ ਆਪਣਾ ਸਫ਼ਰ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਇਸ ਸਫ਼ਰ 'ਚ ਕਿੰਨੀਆਂ ਕਹਾਣੀਆਂ ਤੁਹਾਡੇ ਨਾਲ ਜੁੜ ਜਾਣਗੀਆਂ। ਜਦੋਂ ਅਸੀਂ ਪੰਜਾਬ ਹੜ੍ਹਾਂ ਵਿੱਚ ਆਪਣੀ ਸੇਵਾ ਨਿਭਾਉਣੀ ਸ਼ੁਰੂ ਕੀਤੀ ਤਾਂ ਸਾਨੂੰ ਨਹੀਂ ਪਤਾ ਸੀ ਕਿ ਅਸੀਂ ਕਿੰਨੇ ਕੁ ਲੋਕਾਂ ਦੀ ਮਦਦ ਕਰ ਸਕਾਂਗੇ। ਸਾਡਾ ਉਦੇਸ਼ ਸਿਰਫ ਤੇ ਸਿਰਫ ਸੇਵਾ ਕਰਨਾ ਸੀ। ਜਿਉਂ ਜਿਉਂ ਅੱਗੇ ਵਧੇ ਤਿਉਂ ਤਿਉਂ ਅਨੇਕਾਂ ਕਹਾਣੀਆਂ ਖਾਲਸਾ ਏਡ ਨਾਲ ਜੁੜੀਆਂ, ਜਿਵੇਂ ਕਿ ਇਹ ਪਿਛਲੇ ਦਿਨੀ ਪਟਿਆਲਾ ਵਿਖੇ ਜਦੋਂ ਹੜ੍ਹਾਂ ਕਾਰਨ ਸਭ ਕੁਝ ਤਬਾਹ ਹੋ ਗਿਆ ਸੀ ਤਾਂ ਸਾਨੂੰ ਅਰਬਨ ਐਸਟੇਟ ਫੇਸ 1 ਵਿੱਚ ਰਹਿੰਦੇ ਇਹਨਾਂ ਮਾਤਾ ਜੀ ਬਾਰੇ ਪਤਾ ਲੱਗਿਆ ਜੋ ਆਪਣੇ ਘਰ ਵਿੱਚ ਇਕੱਲੇ ਕਮਾਉਣ ਵਾਲੇ ਸਨ, ਕਿਉਂਕਿ ਇਹਨਾਂ ਦਾ ਪੁੱਤਰ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ ਅਤੇ ਇਹ ਖੁਦ ਹੀ ਕਰਿਆਨੇ ਦੀ ਦੁਕਾਨ ਦਾ ਸਮਾਨ ਵੇਚ ਕੇ ਗੁਜ਼ਾਰਾ ਕਰਦੇ ਸਨ। ਪਰ ਹੜ੍ਹ ਦੇ ਪਾਣੀ ਕਾਰਨ ਇਹਨਾਂ ਦੀ ਦੁਕਾਨ ਦਾ ਸਾਰਾ ਸਮਾਨ ਤਹਿਸ ਨਹਿਸ ਹੋ ਗਿਆ, ਜਿਸ ਕਾਰਨ ਇਹਨਾਂ ਕੋਲ ਕਮਾਈ ਦਾ ਕੋਈ ਸਾਧਨ ਨਾ ਰਿਹਾ। ਇਹ ਸਭ ਦੇਖਣ ਤੇ ਸੁਣਨ ਤੋਂ ਬਾਅਦ ਖਾਲਸਾ ਏਡ ਵੱਲੋਂ ਮਾਤਾ ਜੀ ਦੀ ਦੁਕਾਨ ਦੁਬਾਰਾ ਤੋਂ ਸਾਰੀ ਠੀਕ ਕੀਤੀ ਗਈ ਅਤੇ ਅੰਦਰ ਸਾਰਾ ਸਮਾਨ ਵੀ ਨਵਾਂ ਲਿਆ ਕੇ ਰੱਖਿਆ ਗਿਆ ਤਾਂ ਜੋ ਮਾਤਾ ਜੀ ਦੁਬਾਰਾ ਆਪਣੀ ਦੁਕਾਨ ਚਲਾ ਸਕਣ ਤੇ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ। ਇਸ ਤੋਂ ਬਾਅਦ ਮਾਤਾ ਜੀ ਦੇ ਚਿਹਰੇ ਤੇ ਜੋ ਸਕੂਨ ਤੇ ਖੁਸ਼ੀ ਸੀ ਉਹੀ ਖਾਲਸਾ ਏਡ ਦੀ ਅਸਲ ਕਮਾਈ ਹੈ। ਸਾਡੀ ਕੋਸ਼ਿਸ਼ ਨਾਲ ਕਿਸੇ ਦੀ ਜ਼ਿੰਦਗੀ ਸੌਖੀ ਹੋਈ, ਸਾਡੇ ਲਈ ਇਸ ਤੋਂ ਉੱਪਰ ਕੁਝ ਵੀ ਨਹੀਂ। ਖਾਲਸਾ ਏਡ ਹਮੇਸ਼ਾ ਆਪਣੇ ਲੋਕਾਂ ਦੇ ਅੰਗ ਸੰਗ ਖੜਿਆ ਹੈ ਤੇ ਹਮੇਸ਼ਾ ਰਹੇਗਾ।